ਪੰਜਾਬ ਅਪਡੇਟ ਦੇ ਵਿੱਚ ਅਸੀਂ ਅੱਜ ਪਹੁੰਚਿਆ ਸ਼ਿਵ ਸ਼ਰਾਂ ਹਿੰਦੁਸਤਾਨ ਦੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵਿਸ਼ਾ ਜੋ ਦੱਸਿਆ ਜਾ ਰਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲਿਆ ਗਿਆ ਕੈਰੀਡੋਰ ਜਿਹੜਾ ਹੈ ਬਣਨ ਦੀ ਤਿਆਰੀਆਂ ਹੋ ਗਈਆਂ ਉਦਘਾਟਨ ਵੀ ਕਰ ਦਿੱਤਾ ਗਿਆ ਕਾਂਗਰਸ ਸਰਕਾਰ ਵੱਲੋਂ ਜੇ ਨਾਲ ਗੱਲ ਕਰੀਏ ਕਿ ਇਹ ਕਾਂਗਰਸ ਸਰਕਾਰ ਦੀ ਹਮਾਇਤ ਦੇ ਵਿੱਚ ਸੈਂਟਰ ਸਰਕਾਰ ਨੇ ਇਸ ਫੈਸਲੇ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਹੜੇ ਰਾਜਨੀਤਿਕ ਪਾਰਟੀਆਂ ਇਕੱਠੇ ਹੋ ਕੇ ਉੱਥੇ ਪਹੁੰਚਦੀਆਂ ਨੇ ਤੇ ਉਸ ਸਾਰੇ ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਦੇ ਨੇ ਉਸ ਗੁੱਸਾ ਜਿਹੜਾ ਜ਼ਾਹਿਰ ਕੀਤਾ ਗਿਆ ਸੀ ਉਸ ਦੇ ਸਮਰਥਨ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਨੇ ਸਾਫ਼ ਤੌਰ ਤੇ ਉੱਪਰ ਉਹਨਾਂ ਦਾ ਸਮਰਥਨ ਦਿੱਤਾ ਉਹਨਾਂ ਨਾਲ ਗੱਲ ਕਰਦੇ ਆ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਸਮਰਥਨ ਕਰਦੇ ਹੋ ਜ ਜਿਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਖਿਲਾਫ ਬੋਲੇ ਤੇ ਜਿਵੇਂ ਕਿ ਤੁਸੀਂ ਕਹਿੰਦੇ ਕਿ ਭਾਰਤੀ ਸੈਨਿਕਾਂ ਦੇ ਉੱਪਰ ਗੋਲੀ ਚਲਾਉਣ ਵਾਲੇ ਦੇ ਨਾਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਇਹਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਇਹ ਬਿਆਨ ਨਾ ਦੇ ਕੇ ਜੇ ਨਹੀਂ ਜਾਣਾ ਸੀ ਪਾਕਿਸਤਾਨ ਨਾ ਜਾਂਦੇ ਲੇਕਿਨ ਸ਼ਾਂਤਮਈ ਤਰੀਕੇ ਨਾਲ ਜਵਾਬ ਵੀ ਦਿੱਤਾ ਜਾ ਸਕਦਾ ਸੀਗਾ। ਨਹੀਂ ਅਸੀਂ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਸਿੱਖ ਹੁੰਦੇ ਹੋਏ ਇਸ ਮੌਕੇ ਦੇ ਉੱਤੇ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਸਿੱਖ ਕੌਮ ਦੀ ਜਿਹੜੀ ਬੜੇ ਚਿਰ ਤੋਂ ਇੱਛਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਭੂਮੀ ਨਨਕਾਣਾ ਸਾਹਿਬ ਦਾ ਇੱਕ ਲਾਂਗਾ ਖੁੱਲੇ ਉਸ ਲਾਂਗੇ ਦੇ ਖੁੱਲਣ ਦੇ ਉੱਤੇ ਖੁਸ਼ੀ ਪ੍ਰਗਟ ਕਰਨ ਦੇ باوجود ਵੀ ਉਹਨਾਂ ਨੇ ਦੇਸ਼ ਦੇ ਹਿੱਤਾਂ ਨੂੰ ਸਾਹਮਣੇ ਰੱਖਿਆ ਔਰ ਦੇਸ਼ ਦੇ ਹਿੱਤਾਂ ਦੀ ਜਿਹੜੀ ਪੁਕਾਰ ਸੀ ਉਸ ਦੇ ਅਨੁਸਾਰ ਜਿਹੜਾ ਉਹਨਾਂ ਨੇ ਸਾਹਸ ਜੁਟਾਇਆ ਇਹੋ ਜਿਹਾ ਮਾਹੌਲ ਦੇ ਅੰਦਰ ਜਦੋਂ ਸਿੱਖ ਕੌਮ ਇਸ ਦੇ ਉੱਤੇ ਖੁਸ਼ੀ ਮਨਾ ਰਹੀ ਹੋਵੇ ਅਜਿਹੇ ਸਮੇਂ ਇਹ ਸਧਾਰਨ ਗੱਲ ਨਹੀਂ ਸੀ ਕਿ ਆਪਣੇ ਦੇਸ਼ ਦੇ ਹਿੱਤਾਂ ਦੇ ਬਾਰੇ ਸੋਚਣਾ ਸਮਝਣਾ ਔਰ ਉਹਦੀ ਗੱਲ ਨੂੰ ਪੂਰੀ ਜ਼ੋਰਤ ਨਾਲ ਕਹਿਣਾ ਇਸ ਕਰਕੇ ਸਿਪਸੈਨਾ ਹਿੰਦੁਸਤਾਨ ਉਹਨਾਂ ਦੀ ਪ੍ਰਸ਼ੰਸਾ ਕਰਦੀ ਹੈ ਕਿ ਜਿੱਥੇ ਇੰਨੀ ਵੱਡੀ ਜਿੱਤ ਹਾਸਲ ਹੋਈ ਹੋਵੇ ਜਿੱਥੇ ਇੰਨੀ ਵੱਡੀ ਜਿਹੜੀ ਚਿਰਾਂ ਤੋਂ ਅਰਦਾਸ ਸੀ ਸਿੱਖ ਸਮਾਜ ਦੀ ਉਹ ਪੂਰੀ ਹੁੰਦੀ ਹੋਵੇ ਉਸ ਸਮੇਂ ਵੀ ਇੱਕ ਸਜਗ ਸਿੱਖ ਹੋਣ ਦੇ ਨਾਤੇ ਇਹ ਦੱਸਣ ਲਈ ਵੀ ਸਿੱਖ ਆਪਣੇ ਦੇਸ਼ ਨੂੰ ਕਿੰਨਾ ਪਿਆਰ ਕਰਦਾ ਕਿੰਨਾ ਸਤਕਾਰ ਕਰਦਾ ਔਰ ਉਹਦੀ ਵਿਚਾਰਧਾਰਾ ਦੀ ਜਿਹੜੀ ਪ੍ਰੋੜਤਾ ਕੀਤੀ ਹੈ ਉਸ ਤੋਂ ਸਾਫ ਜਾਰ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਸਮਾਂ ਸੈਨਾ ਦੇ ਵਿੱਚ गुजार ਕੇ ਆਏ ਔਰ ਜਿਹੜਾ ਸੈਨਿਕ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਉਹ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਕਾਇਮ ਹੈ ਔਰ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਮੈਂ ਉੱਥੇ ਜਾਣਾ ਚਾਹਨਾ ਮੈਂ ਨਨਕਾਣਾ ਸਾਹਿਬ ਨਤਮਸਤਕ ਹੋਣਾ ਚਾਹਨਾ ਮੈਂ ਜਾਣਾ ਕਿ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਦੇ ਦਰਸ਼ਨ ਹੋਣ ਪਰ ਜਿਹੜੇ ਲੋਕ ਮੇਰੇ ਦੇਸ਼ ਨੂੰ ਜੋ ਦੇਸ਼ ਦੇ ਨਾਗਰਿਕਾਂ ਦੇ ਉੱਤਿਆ ਕਰਨਾ ਚਾਹੁੰਦੇ ਆ ਮੇਰੇ ਦੇਸ਼ ਦੇ ਉੱਤੇ ਬੰਬ ਸੁੱਟਣਾ ਚਾਹੁੰਦੇ ਆ ਮੇਰੇ ਦੇਸ਼ ਦੇ ਬਾਰਡਰ ਉਤੇ ਖੜੇ ਹੋਏ ਜਵਾਨਾਂ ਦੇ ਨਾਲ ਖੂਨ ਦੀ ਹੋਲੀ ਖੇਡਦੇ ਐ ਅਸੀਂ ਦੇਸ਼ ਦੀ ਧਰਤੀ ਦੇ ਉੱਤੇ ਮੈਂ ਉਦੋਂ ਤੱਕ ਪੈਰ ਨਹੀਂ ਰੱਖਾਂਗਾ ਜਦੋਂ ਤੱਕ ਇਹ ਸੋਚ ਸਮਾਪਤ ਨਹੀਂ ਹੁੰਦੀ ਇਹ ਸੋਚ ਸਮਾਪਤ ਨਹੀਂ ਹੁੰਦੀਗੀ ਉਹਨਾਂ ਨੇ ਸਾਫ਼ ਤੌਰ ਤੇ ਦੇ ਦਿੱਤਾ ਤੁਸੀਂ ਸਮਰਥਨ ਵੀ ਕਰ ਦਿੱਤਾ ਲੇਕਿਨ ਜਿਵੇਂ ਕਿ ਤੁਸੀਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਹੋ ਇੱਕ ਹਿੰਦੂ ਰਿਲੀਜੀਅਨ ਨਾਲ ਅਟੈਚਡ ਹੋ ਜੇਕਰ ਇਹ ਸਮੂਥਲੀ ਹੁੰਦਾ ਤੱਕ ਕਸੂਰ ਵਿੱਚ ਕਟਾਸ ਰਾਜ ਦਾ ਰਸਤਾ ਵੀ ਹਿੰਦੂਆਂ ਵਾਸਤੇ ਖੁੱਲ੍ਹ ਸਕਦਾ ਸੀ ਦੇਖੋ ਕਟਾਸ ਰਾਜ ਦਾ ਰਸਤਾ ਖੁੱਲੇ ਉੱਥੇ ਵੀ ਸੁਵਿਧਾਵਾਂ ਮਿਲਣ ਨਨਕਾਨਾ ਸਾਹਿਬ ਨੂੰ ਮਿਲੀਆਂ ਉਹਦੇ ਲਈ ਵੀ ਹਿੰਦੂ ਸਮਾਜ ਦੇ ਮਨ 'ਚ ਖੁਸ਼ੀ ਹੈ ਅਸੀਂ ਕੋਰੀਡੋਰ ਬਣਨ ਦਾ ਸਵਾਗਤ ਕਰਦੇ ਹਾਂ ਇਹ ਜ਼ਰੂਰ ਚਿੰਤਾ ਦਾ ਵਿਸ਼ੇ ਹੈ ਕਿ ਉਹ ਕੋਰੀਡੋਰ ਦਾ ਉਪਯੋਗ ਦੇਸ਼ ਦੇ ਖਿਲਾਫ ਨਾ ਹੋਵੇ ਅੱਤਵਾਦੀਆਂ ਦਾ ਲਾਂਗਾ ਨਾ ਬਣ ਜਾਏ ਦੇਸ਼ ਨੂੰ ਤੋੜਨ ਵਾਲਿਆਂ ਦਾ ਨਾਂਗਾ ਨਾ ਬਣੇ ਇਹ ਦੇਸ਼ ਦੀ ਸਰਕਾਰ ਉਸ ਦੇ ਉੱਤੇ ਕੁਝ ਤਰ੍ਹਾਂ ਦਾ ਇੰਤਜ਼ਾਮ ਕਰੇ ਪਰ ਕਟਾਸ ਰਾਜ ਦੀ ਯਾਤਰਾ ਖੁੱਲ ਜਾਏ ਕਟਾਸ ਰਾਜ ਦੀ ਸੁਵਿਧਾ ਮਿਲ ਜਾਏ ਉਹਦੇ ਲਈ ਦੇਸ਼ ਦਾ Hindu ਪਾਕਿਸਤਾਨ ਦੀ ਕਰਤੂਤਾਂ ਨੂੰ ਨਹੀਂ ਪੁਲਾ ਸਕਦਾ ਪਾਕਿਸਤਾਨ ਦੇ ਜਿਹੜੇ ਕਾਰਨਾਮੇ ਇਸ ਦੇਸ਼ ਦੇ ਪ੍ਰਤੀ ਅਸੀਂ ਉਸ ਨੂੰ ਨਹੀਂ ਪੁੱਲ ਸਕਦੇ ਕਟਾਸ ਰਾਜ ਦੇ ਪ੍ਰਤੀ ਜੇ ਕੋਈ ਰਸਤਾ ਖੁੱਲੇਗਾ ਸੁਵਿਧਾ ਮਿਲੇਗੀ ਉਹ ਅੱਛੀ ਗੱਲ ਹੈ ਪਰ ਪਾਕਿਸਤਾਨ ਦੀ ਜੇ ਕਰਤੂਤ ਇਸ ਤਰ੍ਹਾਂ ਰਹੇਗੀ ਤਾਂ ਉਹ Hindu ਸਵੀਕਾਰ ਨਹੀਂ ਕਰਦਾ ਪਰ ਉਦਮ ਤੱਕ ਕਰੇ ਨਹੀਂ ਜਾ ਰਹੇ ਨਾ ਕਿਸੇ ਤਰੀਕੇ ਨਾਲ ਜੇ ਗੱਲ ਕਰਦੇ ਆ ਕਿ ਜੇ ਸਮੂਥਲੀ ਉਹ ਨਾ ਜਾਂਦੇ ਤੇ ਚੁੱਪਚੀਪ ਇੱਥੇ ਠੀਕ ਹੈ ਉਹਨਾਂ ਦੇ ਹੀ ਮੰਤਰੀ ਜਿਹੜੇ ਹੈਗੇ ਕਿ ਨਮਦੇਸ਼ ਸਿੰਘ ਸਿੱਧੂ ਉਹਨਾਂ ਨੇ ਵਾਈਟ ਇਨੋਵੇਸ਼ਨ ਆਦੀ ਹੈ ਉਹ ਦੁਬਾਰਾ ਜਾਣ ਦੀ ਤਿਆਰੀ ਚ ਨੇ ਜਿਹੜੇ ਦੂਸਰੇ ਪਾਰਟੀ ਦੇ ਜਿਵੇਂ ਤੁਸੀਂ ਦੱਸਿਆ ਕਿ ਦੂਸਰੀ ਪਾਰਟੀ ਦੇ ਲੋਕ ਸੀਗੇ ਹਰਸ਼ਿਮਰਤ ਕੋਰ ਬਦਲੋਗੇ ਹਰਦੀਪ ਜੋਗੇ ਉਹ ਜਿਹੜੇ ਖਿਲਾਫ ਬੋਲ ਰਹੇ ਸੀਗੇ ਉਹ ਵੀ ਜਾ ਰਹੇ ਨੇ ਸਾਰੇ ਬਦਲ ਸਕਦੇ ਨੇ ਲੇਕਿਨ ਕੈਪਟਨ ਸਾਹਿਬ ਜੇ ਰਾਜਨੀਤਿਕਾ ਨੇ ਜਾਂ ਸੈਨਿਕ ਨੇ ਇੱਕ ਪਾਸੇ ਚੱਲੇਗਾ ਨਾ ਜੇ ਰਾਜਨੀਤਿਕਾ ਨੇ ਤਾਂ ਉਹਨਾਂ ਨੂੰ ਚਾਹੀਦਾ ਨਹੀਂ ਸੀਗਾ ਵੀ ਚੁੱਪਚਾ ਜਵਾਬ ਦੇ ਦਿੰਦੇ ਨਾ ਜਾਂਦੇ ਇਹ ਘਟਾਸ ਕਿਉਂ ਪੈਦਾ ਕਰ ਰਹੇ ਨੇ ਤਾਂ ਕਿ ਅਗਲੇ ਰਸਤੇ ਜਿਹੜੇ ਹੈਗੇ ਨੇ ਉਹ ਬੰਦ ਹੋ ਜਾਣ ਨਹੀਂ ਨਹੀਂ ਕੋਈ ਘਟਾਸ ਨਹੀਂ ਪੈਦਾ ਕਰ ਰਹੇ ਉਹਨੇ ਆਪਣੀ ਵਿਚਾਰਧਾਰਾ ਨੂੰ ਜਗਜाहिर ਕੀਤਾ ਔਰ ਜਿਹੜੇ ਲੋਕ ਆਜਾ ਹਰ ਸਿਮਰਤ ਬਦਲਿਆ ਹਰਦੀਪ ਪੂਰੀ ਜਾ ਰਹੇ ਆ ਇਹ ਉਹੀ ਲੋਕ ਸੀ ਜੋ ਨਵਜੋਤ ਸਿੰਘ ਸਿੱਧੂ ਨੇ ਜਾਣ ਦੇ ਉੱਤੇ ਉਹਨੂੰ ਗद्दार ਦੱਸ ਰਹੇ ਸੀ ਉਹਨੂੰ ਦੇਸ਼ทรੋਹੀ ਦੱਸ ਰਹੇ ਸੀਗੇ ਤੇ ਅੱਜ ਕਿਹਾ ਵਿਚਾਰਧਾਰਾ ਬਦਲ ਗਈ ਅੱਜ ਪਾਕਿਸਤਾਨ ਬਦਲ ਗਿਆ ਅੱਜ ਜਿਹੜਾ ਨਵਜੋਤ ਸਿੰਘ ਸਿੱਧੂ ਜੇ ਉੱਥੇ ਜਾਂਦਾ ਹੈ ਤੌ ਗੱਦਾਰ ਹੈ ਔਰ ਜੋ ਹੁਣੇ ਜਾ ਰਹੇ ਤੇ ਕਿ ਦੇਸ਼ ਭਗਤ ਹੈ ਇਸ ਤਰ੍ਹਾਂ ਦਾ ਦੋਗਲਾਪਨ ਘਟੋ ਘਟ ਕਮਰਿੰਦਰ ਸਿੰਘ ਨੇ ਨਹੀਂ ਕੀਤਾ ਉਹਨੇ ਆਪਣੇ ਸਪਸ਼ਟ ਵਿਚਾਰਦਾਰਾ ਦੱਸਿਆ ਇਸੇ ਕਰਕੇ ਸਾਡੇ ਹਜ਼ਾਰੋਂ ਮਤਭੇਦ ਹੋਣ ਦੇ ਬਾਵਜੂਦ ਕੈਪਟਨ ਅਰਮਿੰਦਰ ਸਿੰਘ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹੈ ਉਹਦੇ ਬਾਵਜੂ ਜਿਹੜਾ ਇੱਕ ਸ਼ੇਰ ਦੀ ਤਰ੍ਹਾਂ ਬੱਬਰ ਸ਼ੇਰ ਦੀ ਤਰ੍ਹਾਂ ਸਟੈਂਡ ਲਿਆ ਉਹਦਾ ਅਸੀਂ ਸਮਰਥਨ ਕਰਦੇ ਤੁਸੀਂ ਸਮਰਥਨ ਕਰਦੇ ਹੋ ਅੱਛੀ ਗੱਲ ਹੈ ਜੀ ਤੇ ਹੁਣ ਤੁਹਾਡੇ ਸਮਰਥਨ ਤੋਂ ਬਾਅਦ ਤੁਹਾਡੀ ਰਾਜਨੀਤੀ ਦੀ ਪੂਰੀ ਗੱਲ ਕਰਦੇ ਆਪਾਂ ਹਲਕੀ ਜੀ ਤੁਸੀਂ ਰਾਜਨੀਤੀ ਦੇ ਵਿੱਚ ਆਪਣਾ ਇੱਕ ਵਿੰਗ ਬਣਾ ਕੇ ਰਾਜਨੀਤਿਕ ਤੌਰ ਦੇ ਉੱਪਰ ਆਪਣੀ ਕਾਰਟੀ ਲੱਗਿਓ ਵਧਾ ਰਹੇ ਹੋ ਬਹੁਤ ਅੱਛੀ ਗੱਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੀਜ਼ ਦੀ ਮੁਬਾਰਕਵਾਦ ਦਵਾਂਗਾ ਕਿ ਤੁਸੀਂ ਰਾਜਸਥਾਨ ਹਿਮਾਚਲ ਦਾ ਜਿਹੜਾ ਦੌਰਾ ਕੀਤਾ ਬੜਾ ਸਫਲ ਰਿਹਾ ਬਿਲਕੁਲ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਹੈ ਅਸੀਂ ਲਗਾਤਾਰ ਹਿੰਦੁਸਤਾਨ ਸ਼ਕਤੀ ਸੈਨਾ ਦੇ ਬੈਨਰ ਤਲੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਜਿਹੜੀਆਂ ਚੋਣਾਂ ਹੋ ਰਹੀਆਂ ਉਹਦੇ 'ਚ ਹਿੱਸਾ ਲੈ ਰਹੇ ਹਾਂ ਅਸੀਂ ਮੱਧ ਪ੍ਰਦੇਸ਼ 'ਚ ਵੀ ਲੈ ਰਹੇ ਹਾਂ ਰਾਜਸਥਾਨ ਦੇ ਵਿੱਚ ਵੀ ਚੋਣਾਂ 'ਚ ਹਿੱਸਾ ਲੈ ਰਹੇ ਆਂ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਰਾਜਨੀਤਿਕ ਵਿਚਾਰਧਾਰਾ ਦੇ ਚਲਦੇ ਹੋਏ ਰਾਜਨੀਤਿਕ ਏਜੰਡੇ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਹਿੱਸਿਆਂ 'ਚ ਸਾਡੇ ਲੋਕਾਂ ਨੂੰ ਪ੍ਰਤੀਨਿਧੀਆਂ ਨੂੰ ਜਿੱਤ ਹਾਸਲ ਹੋਵੇ ਉਸੇ ਸੋਚ ਨੂੰ ਲੈ ਕੇ ਹਿਮਾਚਲ ਦਾ ਵੀ ਦੌਰਾ ਕੀਤਾ ਔਰ ਇਸੇ ਸੋਚ ਨੂੰ ਲੈ ਕੇ ਅਸੀਂ ਅਜੋਧਾ 'ਚ ਜਿਹੜਾ 24 25 ਨੂੰ ਕੱਟ ਹੋਇਆ ਵਿਸ਼ਵੰਦੂ ਪ੍ਰੀਸ਼ਦ ਔਰ ਉਦੋ ਠਾਕਰੇ ਜੀ ਦਾ ਸ਼ਿਵਸੈਨਾ ਵੱਲੋਂ ਅਸੀਂ ਉੱਥੇ ਸਵਾਲ ਵੀ ਪੁੱਛਿਆ ਵੀ 4 ਸਾਲ ਤੁਸੀਂ ਚੁੱਪ ਰਹੇ ਉਦੋਂ ਠਾਕਰੇ ਵੀ ਜਿਹੜੇ ਬਾਲ ਠਾਕਰੇ ਦੇ ਸੁਪੁੱਤਰ ਆ Shiv Sena ਦੇ ਮੁਖੀ ਆ ਉਹ ਵੀ 4.5 ਸਾਲ ਸੱਤਾ ਦਾ ਆਨੰਦ ਲੰਘਦੇ ਰਹੇ ਮਹਾਰਾਸ਼ਟਰ ਦੀ ਸਰਕਾਰ ਚ ਸੀਗੇ ਔਰ ਕੇਂਦਰ ਦੀ ਸਰਕਾਰ ਚ ਉਹਨਾਂ ਦੇ ਮੰਤਰੀ ਐ ਤੁਸੀਂ 4.5 ਸਾਲ ਕਿਉਂ ਚੁੱਪ ਰਹੇ ਹੁਣ ਜਾ ਕੇ ਤੁਹਾਡੀ ਨੀਂਦ ਕਿਉਂ ਜਾਗੇ ਅਗਰ BJP ਵੋਟਾਂ ਲੈਣ ਦੇ ਲਈ ਲੱਗੀ ਹੋਈ ਆ ਰਾਮ ਮੰਦਰ ਦੇ ਨਾਮ ਤੋਂ ਤਾਂ ਤੁਸੀਂ ਵੀ ਕਿਹਾ ਉੱਤਰ ਭਾਰਤਿਆਂ ਚ ਆਪਣੀ ਛਵੀ ਸੁਧਾਰਨ ਦੇ ਲਈ ਔਰ ਮੰਦਰ ਦੇ ਨਾਮ ਦੇ ਉੱਤੇ ਇੱਕ ਰਾਜਨੀਤੀ ਕਰਕੇ ਵੋਟ ਨਹੀਂ ਵਟੋੜਨਾ ਚਾਹੁੰਦੇ ਔਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਸੀਗੇ ਤਾਂ ਜਦੋਂ 24-25 ਨੂੰ ਤੁਸੀਂ ਅਜोध्या ਗਏ ਭਾਜਪਾ ਨੇ ਕੋਈ ਤਾਰੀਖ ਨਹੀਂ ਦਿੱਤੀ ਤਾਂ ਤੁਸੀਂ ਤਾਰੀਖ ਦੇ ਦਿੰਦੇ ਕਿ ਬਾਜਪਾ ਮੰਦਰ ਨਹੀਂ ਬਣਾਏਗੀ ਤਾਂ ਦਸੰਬਰ ਚ ਜਾਂ ਜਨਵਰੀ ਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ ਲੜਾਈ ਲੜੇਗੀ ਉਸ ਲੜਾਈ ਦੇ ਆ ਤਰੀਕੇ ਹੋਣਗੇ ਆ ਅਸੀਂ ਪੜਾਵ ਚ ਲੜਾਂਗੇ ਉਹ ਵੀ ਕੁਝ ਨਹੀਂ ਕਹਿ ਕੇ ਵਾ ਮੱਤਾ ਦੇ ਕੇ ਆਰਤੀ ਕਰਕੇ ਵਾਪਸ ਆ ਗਏ ਔਰ ਕਿ ਜਿਹੜਾ ਮੰਦਰ ਬਣਾਏਗਾ ਹਮ ਉਸਕੇ ਸਾਥ ਹੈ ਪਰ ਤੁਹਾਨੂੰ ਉੱਥੇ ਮਹਾਰਾਸ਼ਟਰ ਤੋਂ ਮੁੰਬਈ ਤੋਂ ਜੋਜਦਾ ਜਾਣ ਦੀ ਕਿ ਲੋੜ ਸੀ ਇਹ ਤਾਂ ਤੁਸੀਂ ਸ਼ਿਵਸ਼ੈਨਾ ਬਾਲ ਠਾਕਰੇ ਦੇ ਉੱਪਰ ਜੋ ਤੁਹਾਡੇ ਵਿਚਾਰ ਸੀਗੇ ਉਹ ਵਿਅਕਤ ਕਰ ਦਿੱਤੇ ਲੇਕਿਨ ਆਪਾਂ ਰਾਜਨੀਤੀ ਦੀ ਗੱਲ ਛੇੜੀ ਸੀ ਕਿ ਇਹ ਦੇਖਦਿਆਂ ਮਿਲਦਾ ਕਿ ਪੰਜਾਬੀ ਦੀ ਜਿਹੜੀ ਕਹਾਵਤ ਹੈ ਕਿ ਘਰ ਦਾ ਜੋਗੀ ਸਿੱਧਾ ਨਾ ਬਾਲ ਦਾ ਜੋਗੀ ਸਿੱਧਾ ਹੈ ਨਾ ਜੀ ਜੇ ਪੰਜਾਬ ਦੀ ਗੱਲ ਕਰਦੇ ਆ ਪਟਿਆਲੇ ਦੀ ਗੱਲ ਕਰਦੇ ਉੱਥੇ ਥੋੜਾ ਜਿਹੜਾ ਰਾਜਨੀਤਿਕ ਕੈਰੀਅਰ ਬਹੁਤ ਆਫੁੱਲ ਦਾ ਨਹੀਂ ਦਿਖਦਾ ਹੈ ਤੁਹਾਡੇ ਨਾਲ ਸਮਰਥਨ ਇਕੱਠੀ ਕੀਤਾ ਜਿਵੇਂ ਰਾਜਸਥਾਨ 'ਚ ਦਿਖਿਆ ਜਾਂ ਹਿਮਾਚਲ ਦੀ ਤੁਸੀਂ ਗੱਲ ਕੀਤੀ ਹੈ ਇਹ ਤੁਹਾਡਾ ਦ੍ਰਿਸ਼ਟੀਕੋਣ ਹੈ ਤੁਹਾਡਾ ਪੈਮਾਨਾ ਹੈ ਕਿ ਇੱਥੇ ਸਮਰਥਨ ਘਟ ਹੈ Shiv Sena Hindustan ਦੀ ਪਕੜ ਅਤੇ ਹੋਣ ਦੇ ਕਾਰਨ ਹੀ ਅਸੀਂ ਬਾਕੀ ਰਾਜਾਂ ਚ ਸੂਬਿਆਂ ਚ ਗਏ ਹਾਂ ਸਾਡਾ Shiv Sena ਦਾ ਤੁਸੀਂ ਪਿਛੇ ਲਗਾਤਾਰ ਸਮੇਂ ਤੋਂ ਦੇਖਿਓ ਬਖ ਬਖ ਪਾਰਟੀਆਂ ਤੋਂ ਲੋਕ ਆਪਣੇ ਵਿਚਾਰਾ ਕਰਕੇ ਸਾਡੀ ਪਾਰਟੀ ਚ ਸ਼ਾਮਲ ਹੋਏ ਬਾਲ ਠਾਕਰੇ ਦੇ ਬਹੁਤ ਸਾਰੇ ਸਾਥੀ Shiv Sena Hindustan ਚ ਆਏ ਹੈ ਔਰ Shiv Sena Hindustan ਨੇ ਆਪਣੇ ਅਲੱਗ-ਅਲੱਗ ਵਿੰਗ ਬਣਾਇਆ ਚਾਹੇ ਮਜ਼ਦੂਰ ਸੈਨਾ ਹੈ ਮਹਿਲਾ ਸੈਨਾ ਹੈ ਚਾਹੇ ਉਹ ਵਿਦਿਆਰਥੀ ਸੈਨਾ ਸਾਡੇ ਅਲੱਗ-ਅਲੱਗ ਵਿੰਗ ਐਕਟਿਵ ਹੈ ਸਕਰੀਏ ਔਰ ਸਾਡੀ ਸਮਰਥਾ ਇੱਥੇ ਦੀ ਸੰਖਿਆ ਦੇ ਮੁਤਾਬਕ 200 ਦੇ ਮੁਤਾਬਕ ਜਿਸ ਅਨੁਪਾਤ ਚ ਹਿੰਦੂ ਪੰਜਾਬ ਚ ਰਹਿ ਰਿਹਾ ਉਸ ਅਨੁਪਾਤ ਚ ਅਸੀਂ ਇੱਥੇ ਲਗਾਤਾਰ ਅੱਗੇ ਵਧ ਰਹੇ ਸ਼ਿਵ ਸੈਨਾ ਹਿੰਦੁਸਤਾਨ ਨੂੰ ਇਹ ਸਰੇ ਜਾਂਦਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਦੰਗਾ ਪੀੜਤਾਂ ਦੇ ਬਰਾਬਰ ਇਕਵਲਟੀ ਚ ਅਤਵਾਦ ਪੀੜਤ ਦੇ ਮਸਲੇ ਨੂੰ ਉਹ ਉਠਾਇਆ ਔਰ ਉਸ ਮਸਲੇ ਦੇ ਉੱਤੇ ਚਾਹੇ ਅੱਜ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਸਾਡਾ ਸੰਘਰਸ਼ 10-15 ਸਾਲ ਤੋਂ ਬਾਅਦ ਵੀ ਅਤਵਲ ਪੀੜਤ ਹਿੰਦੂਆਂ ਨੂੰ ਇਨਸਾਫ ਦੀਵਾਨ ਲਈ ਲਗਾਤਾਰ ਜਾਰੀ ਹੈ ਕੇਵਲ ਔਰ ਕੇਵਲ ਸ਼ਿਵ ਸੈਨਾ ਹਿੰਦੁਸਤਾਨ ਇੱਕ ਐਸਾ ਸੰਗਠਨ ਹੈ 15 ਸਾਲ ਤੋਂ ਉਸ ਮੁੱਦੇ ਦੇ ਉੱਤੇ ਸੀ ਲੜ ਰਹੇ ਹਨ ਜਿਵੇਂ ਕਈ ਸਾਲਾਂ ਤੋਂ ਬਾਅਦ ਨਨਕਾਣਾ ਸਾਹਿਬ ਦੇ ਲਾਂਘੇ ਨੂੰ ਸਫਲਤਾ ਮਿਲੀ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸ਼ਿਵ ਸੈਨਾ ਹਿੰਦੁਸਤਾਨ ਕਈ ਸਾਲਾਂ ਤੋਂ ਲਗਾਤਾਰ ਲੜ ਰਹੀ ਹੈ ਔਰ ਅਸੀਂ ਦਬਾਅ ਬਣਾ ਰਹੇ ਹਾਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ 'ਚ ਸ਼ਿਵ ਸੈਨਾ ਹਿੰਦੁਸਤਾਨ ਇੱਕ ਹਿੰਦੂ ਸਮਾਜ ਦੇ ਰਾਜਨੀਤਿਕ ਦਲ ਦੇ ਰੂਪ ਚ ਆਪਣੀ ਜਗ੍ਹਾ ਪ੍ਰਾਪਤ ਕਰੇ ਜਿਵੇਂ ਕਿ ਤੁਸੀਂ ਕਿਹਾ ਕਿ ਬਾਲ ਠਾਕਰੇ ਚ 24 ਤੁਹਾਡੇ ਕੋਲ ਆ ਰਹੇ ਨੇ ਲੇਕਿਨ ਤੁਹਾਡੀ ਪਾਰਟੀ ਚ ਵੀ ਬਾਹਰ ਜਾ ਰਹੇ ਨੇ ਮਹਿਲਾ ਵਿੰਗ ਦੀ ਤੁਸੀਂ ਗੱਲ ਕੀਤੀ ਮਹਿਲਾ ਵਿੰਗ ਦੀ ਸਵਰਾਜ ਕੁਮਾਰ ਸਾਫ਼ ਤੌਰ ਤੇ ਕਾਲੀ ਦਲ ਨਾਲ ਜਾਵਨ ਲਈ ਜਿਹਦੇ ਉੱਪਰ ਕਾਫੀ ਜ਼ਿਆਦਾ ਜਿਹੜੀ ਪਾਰਟੀ ਦੇ ਉੱਪਰ ਸਵਾਲ ਚੁੱਕੇ ਜਾਂਦੇ ਉਸੇ ਪਾਰਟੀ ਚ ਜਾਂਦੀ ਹੈ ਥੋੜੀ ਨੀਤੀਆਂ ਤਾਂ ਖੁਸ਼ ਨਹੀਂ ਸੀਗੀ ਜਾਂ ਕੀ ਕਾਰਨ ਰੇ ਇਹ ਗੱਲ ਕਰਦੇ ਆ ਵਿਨੀਤ ਸੈਕਲ ਦੀ ਉਹ ਵੀ ਤੁਹਾਡੇ ਪਾਰਟੀ ਦਾ ਖਾਸ ਕਾਰਜਕਰਤਾ ਬਣ ਲੈਂਦਾ ਸੀ ਉਹ ਵੀ ਚਲਾ ਜਾਂਦਾ ਆਪਣੇ ਨਾਲ ਪੰਜ ਸੱਤ ਸੱਤੀ ਹੋਰ ਵੀ ਲੈ ਜਾਂਦਾ ਇਦਾਂ ਦੇ ਤਾਂ ਖਾਸ ਦੇਖਣ ਨੂੰ ਮਰੇ ਤੁਸੀਂ ਫੇਰ ਕਹਿ ਰਹੇ ਹੋ ਸਮਰਥਨ ਹੈ। ਕੀ ਅਕਾਲੀ ਦਲ ਦੇ ਵਿੱਚੋਂ ਬੰਦੇ ਕਾਂਗਰਸ 'ਚ ਨਹੀਂ ਗਏ? ਅਕਾਲੀ ਦਲ ਦੇ بڑے بڑے ਨੇਤਾਵਾਂ ਨੇ ਅਕਾਲੀ ਦਲ ਨਹੀਂ ਛੱਡਿਆ। ਜੀ। ਤਾਂ ਜਦੋਂ ਅਕਾਲੀ ਦਲ ਜੈਸੀ ਪਾਰਟੀ ਜਿਹੜੀ ਬਹੁਤ ਬੜੀ ਸੱਤਾਧਾਰੀ ਪਾਰਟੀ ਆ ਉਹਦੇ ਬਿਲਕੁਲ ਰਾਈਟ ਹੈਂਡ ਲੈਫਟ ਹੈਂਡ ਛੱਡ ਕੇ ਚਲੇ ਜਾ ਰਹੇ ਆ ਤੇ ਸ਼ਿਵ ਸੈਨਾ ਹਿੰਦੁਸਤਾਨ 'ਚ ਜਿਹੜੇ ਤੁਸੀਂ ਦੋ ਨਾਮ ਗਿਣਾਏ ਉਹ ਚਲੇ ਗਏ ਉਹ ਤਾਂ ਇੱਕ ਰਾਜਨੀਤਿਕ ਪ੍ਰਕਿਰਿਆ ਹੈ। ਰਾਜਨੀਤਿਕ ਪ੍ਰਕਿਰਿਆ ਦੇ ਤਹਿਤ ਕੁਝ ਲੋਕ ਗਏ। ਔਰ ਜੇ ਸਿਪਸ ਹੈ ਨਾ ਹਿੰਦੁਸਤਾਨ ਤੋਂ ਗਏ ਤਾਂ ਗਏ ਕਿਥੇ ਇਹ ਵੀ ਤੁਸੀਂ ਦੇਖ ਲਓ ਵੀ ਉਹ ਬੜੋਤਰੀ ਉੱਪਰ ਗਏ نیچے ਨਹੀਂ ਗਏ ਔਰ ਜਿਹੜੇ ਲੋਕ ਵੀ ਜਿਸ ਕਾਰਨ ਚ ਵੀ ਗਏ ਆ ਉਹ ਵੀ ਚਮਤਕਾਰ ਤੁਹਾਨੂੰ 1.5 ਮਹੀਨੇ ਚ ਦਿਖੇਗਾ ਕਈ ਜਿਹੜੇ ਗਏ ਆ ਉਹਨਾਂ ਦੀ ਵਾਪਸੀ ਵੀ ਥੋੜੇ ਸਮੇਂ ਚ ਹੋਣ ਵਾਲੀ ਹੈ ਬਹੁਤ ਵਧੀਆ ਗੱਲ ਹੈਕਰ ਤੁਹਾਡੇ ਕੋਲ ਵਾਪਸ ਆਂਦੇ ਨੇ ਤਾਂ ਲੇਕਿਨ ਤੁਸੀਂ ਕਹੇ ਵੀ ਉੱਪਰ ਵੱਲ ਗਏ ਉਸ ਪਾਰਟੀ ਨੂੰ ਤੁਸੀਂ ਉੱਪਰ ਵੱਲ ਕਹਿ ਰਹੇ ਹੋ ਜਿਹਦੇ ਉੱਪਰ ਸਵਾਲ ਚੱਕੇ ਜਾ ਰਹੇ ਪੰਜਾਬ ਆ ਬਈ ਅਸੀਂ ਸੱਤਾ ਚ ਨਹੀਂ ਸੀਗੇ ਉਹ ਸੱਤਾ ਚ ਕਈ ਸਾਲ ਰਹਿ ਚੁੱਕੇ ਔਰ ਕਈ ਲੋਕ ਲਾਲਚੀ ਹੁੰਦੇ ਆ ਸੱਤਾ ਦੇ ਲਾਲਚ ਦੇ ਵਿੱਚ ਚਲੇ ਜਾਂਦੇ ਆ ਤਾਂ ਇਸ ਕਰਕੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੋ ਸਕਦੇ ਆ ਸੋ ਤੋਂ ਉਹ ਆਪਣੀ ਪ੍ਰੇਰਣਾ ਦੇ ਤਰੀਕੇ ਨਾਲ ਗਏ ਆ ਉਹਨਾਂ ਨੂੰ ਉਹ ਮੁਬਾਰਕ ਔਰ ਜਿਹੜੇ ਸਾਥੀ ਸਾਡੇ ਨਾਲ ਰਹਿ ਕੇ ਸੰਘਰਸ਼ ਕਰ ਰਹੇ ਆ ਉਹ ਆਪਣੇ ਸੰਘਰਸ਼ ਦੇ ਉੱਤੇ ਕਾਇਮ ਹੈਗੇ ਕਾਇਮ ਹੈਗੇ ਨੇ ਤੇ ਹੁਣ ਜਾਣ ਤੋਂ ਪਹਿਲਾਂ ਸਿਰਫ ਲਾਸਟ ਕੁਐਸਚਨ ਪੁੱਛੂਗਾ ਤੁਹਾਨੂੰ ਕਿ ਸ਼ਿਫਸ ਹੈ ਨਾ ਹਿੰਦੂਸਤਾਨ ਹੁਣ ਪੰਜਾਬ ਦੇ ਵਿੱਚ ਇਹ ਹੀ じゃ ਕੀ ਕਰੇਗੀ ਜਿਹਦੇ ਕਰਕੇ ਜਿਹੜਾ ਠੋਡਾ ਸੰਘਰਸ਼ 15 ਸਾਲਾਂ ਤੋਂ ਚੱਲ ਰਿਹਾ ਹੈ ਉਹਨੂੰ ਜਲਦੀ ਇਨਸਾਫ ਮਿਲੇ ਉਹ ਲਟਕਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਕਿ ਆਪਾਂ ਕਈ ਵਾਰੀ ਪ੍ਰੈਸ ਕਾਨਫਰੰਸ ਆ ਪਹਿਲਾਂ ਵੀ ਕਰ ਚੁੱਕੀਆਂ ਕਈ ਪੜਾਅ ਵੀ ਹੋ ਚੁੱਕੇ ਨੇ ਲੇਕਿਨ ਵਿਚ ਵਿਚਾਲੇ ਰੁੱਲਦਾ ਜਾ ਦਿਖ ਰਿਹਾ ਨਾ ਸਰਕਾਰ ਵੱਲੋਂ ਕੋਈ ਬਿਆਨ ਆ ਰਿਹਾ ਜਦ ਕਿ ਤੁਸੀਂ ਸਾਡੇ ਮੁੱਖ ਮੰਤਰੀ ਦੀ ਸੁਪਤਨੀ ਸਰਪ੍ਰੇਤ ਕੌਰ ਜੀ ਨੇ ਵੀ ਮਿਲਦੀਆਂ ਹੋ ਬ੍ਰਹਮਿੰਦਰ ਜੀ ਨੇ ਵੀ ਮਿਲਦੀਆਂ ਉਹਨਾਂ ਦਾ ਰਿਜ਼ਲਟ ਸਾਹਮਣੇ ਨਹੀਂ ਆਇਆ ਦੇਖੋ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਸਾਡਾ ਸੰਘਰਸ਼ ਜਾਰੀ ਹੈ ਜਿੰਨਾ ਮਰਜ਼ੀ ਸਮਾਂ ਲੱਗੇ ਅਸੀਂ ਆਪਣੇ ਵਿਸ਼ੇ ਤੇ ਮੁੱਦੇ ਤੇ ਕਾਇਮ ਆ ਤੁਸੀਂ ਇੱਥੇ ਦੇ ਸੰਘਰਸ਼ਾਂ 'ਚ ਵੀ ਦੇਖਿਆ ਵੀ ਹਜ਼ਾਰਾਂ ਲੋਕ ਮਾਰੇ ਗਏ ਲੋਕਾਂ ਨੇ ਆਪਣੀ ਰਾਜਨੀਤੀ ਨੂੰ ਲੈ ਕੇ ਕਾਲੀ ਮੋਰਚੇ ਨੂੰ ਟਰਨ ਦਿੱਤਾ ਪੰਜਾਬ ਦੇ ਜਿਹੜੇ ਮੁੱਦੇ ਉਹਨਾਂ ਨੇ ਚੁਕੇ ਵੀ ਦਰਿਆਵਾਂ ਦਾ ਪਾਣੀ ਸਾਨੂੰ ਮਿਲੇ ਪੰਜਾਬੀ ਭਾਸ਼ੀ ਬੋਲਦੇ ਇਲਾਕੇ ਮਿਲਣ ਚੰਡੀਗੜ੍ਹ ਸਾਨੂੰ ਮਿਲੇ ਕਿਆ ਅਕਾਲੀ ਦਲ ਉਹਦੇ 'ਚ ਜਿੱਤ ਪ੍ਰਾਪਤ ਕਰ ਸਕਿਆ ਲੇਕਿਨ ਸ਼ਿਵ ਸੈਨਾ ਹਿੰਦੁਸਤਾਨ ਨੇ ਪਿਛਲੇ ਦਿਨੀ ਪ੍ਰਨੀਤ ਕੌਰ ਜੀ ਨੂੰ ਆਪਣੇ ਬ੍ਰਹਮਿੰਦਰਾ ਜੀ ਨੂੰ ਅਕਾਲੀ ਦਲ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਅਸੀਂ ਮਿਲ ਕੇ ਦਬਾਅ ਬਣਾਇਆ ਸੀਗਾ ਪਿਛੇ ਸਾਡਾ ਇੱਥੇ ਮੁੱਖ ਮੰਤਰੀ ਦੇ ਜੱਦੀ ਸੈਰ ਦੇ ਵਿੱਚ ਰੈਲੀ ਕਰਨ ਦਾ ਪ੍ਰੋਗਰਾਮ ਸੀ ਪਰ ਕਿਉਂਕਿ ਅੰਮ੍ਰਿਤਸਰ ਰੇਲਾ ਆਸਾ ਹੋਣ ਦੇ ਕਾਰਨ ਕਿਉਂਕਿ ਅਸੀਂ ਇਨਸਾਨੀਅਤ ਨਾਲ ਵੀ ਜੁੜੇ ਹਾਂ ਇਨਸਾਨੀਅਤ ਸੰਵੇਦਨਸ਼ੀਲਤਾ ਵੀ ਹੈ ਅਸੀਂ ਆਪਣੇ ਅੰਦੋਲਨ ਨੂੰ ਸਟਗਿਤ ਕੀਤਾ ਬਹੁਤ ਜਲਦੀ ਉਸੇ ਅੰਦੋਲਨ ਦੀ ਕੜੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ ਜੀ ਪਵਨ ਕੁਮਾਰ ਗੁਪਤਾ ਜੀ ਨੇ ਸਾਫ਼ ਤੌਰ ਤੇ ਜਿੱਥੇ ਤਾਂ ਕੈਪਟਨ ਅਮਨਤਾ ਸਿੰਘ ਜੀ ਦਾ ਸਮਰਥਨ ਕੀਤਾ ਉੱਥੇ ਆਪਣੀ ਰਾਜਨੀਤਿਕ ਪਾਰੀ ਜਿਹੜੀ ਖੇਡ ਰਹੇ ਨੇ ਉਹਦੇ ਉਤਰਾ-ਚੜਾ ਉੱਪਰ ਵੀ ਗੱਲ ਕੀਤੀ ਤੇ ਹਲੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਂਦੀ ਗੱਲ ਕਰ ਰਹੇ ਜਿਹਦੇ ਵਿੱਚ ਹਿੰਦੂਆਂ ਨੂੰ ਜੋ ਇਨਸਾਫ ਚਾਹੀਦਾ ਹੈ ਉਹਦੇ ਲਈ ਇਹ ਲੜ ਰਹੇ ਨੇ ਇਸੇ ਤਰ੍ਹਾਂ ਵੇਖਦੇ ਹੋ ਪੰਜਾਬ ਅਪਡੇਟ ਤੇ ਵੇਖਦੇ ਰਹਿਣ ਏਵਨ ਪੰਜਾਬੀ ਨਿਰਧਾਰ ਨਿਰਪੱਖ ਤੇ ਨਵੀਂ ਸੋਚ